ਤੁਝੇ ਤੇ ਆਵੇ ਦਿਨ ਰਾਤ
ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੁਝੇ ਆਵੇ ਦਿਨ ਰਾਤ ਸਭ ਤੁਝੇ ਆਵੇ Thank you.
जीवा सत्य
पानी कट जो पानी
ਜਦੋਂ ਆਪਾਂ ਇਹੋ ਜਿਹੀਆਂ ਤੁਕਾਂ ਦਾ ਗਾਇਨ ਕਰਦੇ ਹਾਂ ਨਾ, ਇਹ ਸਹਿਜ ਸੁਭਾਈ ਤੁਕਾਂ ਅੱਗੇ ਆ ਗਏ ਹਾਂ, ਕੋਈ ਸੋਚਿਆ ਨਹੀਂ ਸੀ। ਪਰ ਕਈ ਵਾਰੀ ਕਈ ਸੰਗਤਾਂ ਦੇ ਮਨ ਵਿੱਚ ਖਿਆਲ ਆ ਜਾਂਦਾ ਕਿ ਭਾਈ ਸਾਹਿਬ ਕਿਉਂ ਪੜ੍ਹੀ ਜਾਂਦੇ ਨੇ ਤੁਕਾਂ। ਇਹ ਜਿਹੜੀਆਂ ਤੁਕਾਂ ਨੇ ਨਾ ਗੁਰਬਾਣੀ ਦੀਆਂ, ਇਹਦੇ ਵਿੱਚ ਸੱਚਾਈ ਹੈ ਜੋ ਸਾਡੇ ਜੀਵਨ ਦੇ ਨਾਲ ਸੰਬੰਧ ਰੱਖਦੀਆਂ ਨੇ ਨਾ ਗੱਲਾਂ, ਇਹ ਸੱਚਾਈ ਹੈ। ਖਾਣਾ ਪੀਣਾ ਹੱਸਣਾ ਤੇ ਸੌਣਾ, ਸਾਡਾ ਕੰਮ ਪਤਾ ਕੀ ਹੋ ਗਿਆ ਹੁਣ? ਚਾਰ ਖਾ ਲਿਆ, ਪੀ ਲਿਆ, ਹੱਸ ਖੇਡ ਲਿਆ ਤੇ ਸੌ ਗਏ, ਫਿਰ ਸਵੇਰੇ ਉੱਠੇ ਕੰਮ ਤੇ ਚਲੇ ਗਏ, ਖਾ ਪੀ ਲਿਆ, ਹੱਸ ਖੇਡ ਲਏ, ਸੌ ਗਏ, ਗੱਲਾਂ ਮੁੱਕਦੀਆਂ ਹੀ ਨਹੀਂ ਸਾਡੀਆਂ। ਸਾਰਾ ਦਿਨ ਭਾਵੇਂ ਲੱਗੇ ਰਹੀਏ ਨਾ, ਗੱਲਾਂ ਨਹੀਂ ਮੁੱਕਦੀਆਂ। ਪਰ ਸਤਿਗੁਰੂ ਜੀ ਕਹਿੰਦੇ ਨੇ, ਤੈਨੂੰ ਉਹ ਪਰਮਾਤਮਾ ਕਿਵੇਂ ਭੁੱਲ ਗਿਆ? ਇਹ ਤਾਂ ਗੱਲਾਂ ਤੈਨੂੰ ਯਾਦ ਰਹਿ ਗਈਆਂ ਨਾ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ ਤੈਨੂੰ ਉਹ ਪਰਮਾਤਮਾ, ਉਹ ਮੌਤ। ਕਿਉਂਕਿ ਜਦੋਂ ਮੌਤ ਚੇਤੇ ਰਹੇਗੀ ਨਾ, ਫਿਰ ਪਰਮਾਤਮਾ ਵੀ ਚੇਤੇ ਰਹੂਗਾ। ਪਰਮਾਤਮਾ ਚੇਤੇ ਰਹੂਗਾ ਤੇ ਮੌਤ ਵੀ ਚੇਤੇ ਰਹਿਣੀ ਹੈ। ਵਿਸਰ ਗਿਆ ਹੈ ਮਰਨਾ, ਤੂੰ ਕਿਉਂ ਭੁੱਲ ਗਿਆ? ਅੱਗੇ ਪਤਾ ਸਤਿਗੁਰੂ ਕੀ ਕਹਿੰਦੇ ਨੇ, ਖਸਮ ਵਿਸਾਰ ਖੁਆਰੀ ਕੀਨੀ, ਖਸਮ ਵਿਸਾਰ ਖੁਆਰੀ, ਖਸਮ ਵਿਸਾਰ ਖੁਆਰੀ ਕੀਨੀ, ਜੀਵਨ ਨੂੰ ਕਹਿੰਦੇ ਤ੍ਰਿਕਾਰ ਹੈ। ਬਹੁਤ ਵੱਡੀ ਗੱਲ ਕਹਿ ਰਹੇ ਨੇ ਦਾਤਾ ਜੀ, ਕਹਿੰਦੇ ਉਹ ਜੀਵਨ ਵੀ ਕਾਹਦਾ? ਜੀਵਨ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਤੂੰ ਜੀਵਨ ਜਿਉ ਰਿਹਾ, ਉਹ ਕਿਸੇ ਕੰਮ ਦਾ ਨਹੀਂ, ਤ੍ਰਿਕਾਰ ਹੈ, ਤ੍ਰਿਗ ਹੈ ਐਸੇ ਜੀਵਨ ਦੀ। ਸਤਿਗੁਰੂ ਜੀ ਪਤਾ ਕਿੱਡੀ ਵੱਡੀ ਗੱਲ ਕਹਿ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਪ੍ਰਾਣੀ ਏਕੋ ਨਾਮ ਧਿਆਵੋ ਜਪ ਜਪ ਜੀਵਾ ਸਤਿਗੁਰ ਨਾਉ। ਆਪਾਂ ਸ਼ਬਦ ਪੜ੍ਹ ਰਹੇ ਸੀ ਨਾ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਿਗੁਰ ਨਾਉ। ਪ੍ਰਾਣੀ ਏਕੋ ਨਾਮ ਧਿਆਵੋ ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਰ ਹੈ, ਫੂਟੇ ਘੱਟ ਜਿਉ ਪਾਣੀ ਇੱਕ ਇੱਕ ਕਰਕੇ ਜੀਵਨ ਦੇ ਵਿੱਚੋਂ ਸਵਾਸ ਘਟਦੇ ਜਾ ਰਹੇ ਨੇ। ਸਾਡੇ ਮਨ ਵਿੱਚ ਬੜਾ ਵੱਡਾ ਭੁਲੇਖਾ ਹੁੰਦਾ ਹੈ ਕਿ ਅਸੀਂ ਵੱਡੇ ਹੋ ਰਹੇ ਹਾਂ, ਸਾਡੀ ਉਮਰ ਵੱਡੀ ਹੋ ਰਹੀ ਹੈ। ਪਰ ਇਹ ਨਹੀਂ ਪਤਾ ਉਹ ਜੀਵਨ ਦੇ ਵਿੱਚੋਂ ਉਨੇ ਸਾਲ ਤੁਹਾਡੇ ਖਤਮ ਹੋ ਗਏ। ਜੇ ਤੁਸੀਂ 30 ਸਾਲ ਦੇ ਹੋ ਗਏ, ਉਹ ਨਿਕਲ ਗਏ 30 ਸਾਲ, 40 ਸਾਲ ਦੇ ਹੋ ਗਏ, 40 ਸਾਲ ਗਏ, 50 ਦੇ ਹੋ ਗਏ ਤੇ 50 ਸਾਲ ਤਾਂ ਚਲੇ ਗਏ, ਵੱਡੇ ਕਾਹਦੇ ਹੋ ਗਏ ਫਿਰ ਆਪਾਂ? ਸਤਿਗੁਰੂ ਕਿਰਪਾ ਕਰਨ, ਆਓ ਸਾਰੇ ਪਿਆਰ ਨੇ ਇੱਕ ਵਾਰੀ ਮਨ ਬਿਰਤੀਆਂ ਅੱਖਾਂ ਬੰਦ ਕਰਕੇ ਸਿਮਰਨ ਜੋ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਸਾਰੇ ਪਿਆਰ ਨਾਲ ਸਾਰੇ ਜੋ। ਵਾਹਿਗੁਰੂ 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 ਵਾਹਿਗੁਰੂ
जाग्या नाम पड़ पा गया मेरे
शरण पर हा
जन्म न कदे मरहा भगता शरण परहा जन्म न कदे मरहा भगता शरण परहा जन्म न कदे मरहा भगता शरण परहा जन्म न कदे मरहा अस्थिर से पए हा अस्थिर से पए हा जस गाइए परम पद पाइए मिल हर जस गाइए परम पद पाइए वाहे गुरु वाहे गुरु वाहे गुरु वाहे गुरु वाहे गुरु वाहे गुरु जगत जलंदा रख ले अपनी कृपाता जगत जलंदा रख ले
जगत जलंदा रख ले Yeah.
जगत जन्म दा रख ले अपनी अपार कृपा हो रही है जो आपां सारे गुरु साहिबां दी गोद विच बह के गुरबाणी दा आनंद माणदे होए अपने जीवन दीआं इन्हां अनमोल घड़ियां नूं सफले कर रहे हां जी, लिखे ला रहे हां। सतगुरु जी बख्शिश करन सारिआं दीआं हाजरीआं अपने दर ते प्रवान करन जी, सारिआं नूं नाम दीआं दातां चढ़दीआं कला बख्शिश करन। धन गुरु रामदास जी महाराज चौथे पातशाह दा जो आगमन पुरब है वह 15 अक्टूबर नूं आ रहा है। चौथे पातशाह धन गुरु रामदास जी महाराज जी का जो आगमन पुरब है प्रकाश गुरपुरब ऐतकी 15 अक्तूबर 13, 14 ते 15 तीन दिन दीवान सजने ने अमृतसर साहब एक दिन पहले जो आप जी नूं पता है पुरातन मर्यादा राग दरबार गुरद्वारा दीवान हाल मंजी साहब हुंदा हरेक साल गुरपुरब तो एक रात पहला राग दरबार हुंदा है। उस तो पहला फिर कीर्तन दरबार ढाडी दरबार कवि दरबार ये 3-4 दिन प्रोग्राम चलने ने 13, 14 ते 15 अक्टूबर धन गुरु रामदास जी महाराज जी का जो गुरपुरब आ रहा है कि आप सारे ने उथे सचखंड श्री हरिमंदर साहब उथे भी पहुँच के हाजरियां भरनिया ने। फिर धन गुरु नानक देव जी महाराज जी का जो 550 साल शताब्दी है 12 नवंबर वह भी आप बड़े उत्साह के नाल सारे समागम मनाने ने उपराले हो रहे ने। इतों के प्रबंधकों ने भी उपराले किए ने सतगुरु जी कृपा करन इन्हों होर प्रबंधकों गुरमुखों होर बल बख्शन ताकत बख्शन ये वध तो वध उपराले करते
ਕਰਦੇ ਰਹਿਣ ਜੀ। ਆਪ ਜੀ ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਸਮੂਹ ਪ੍ਰਬੰਧਕਾਂ ਦਾ, ਸਾਰੇ ਸਹਿਯੋਗੀਆਂ ਦਾ, ਔਰ ਜਿਹੜੇ ਇਹ ਚੈਨਲ ਟੀਵੀ ਤੇ ਬਾਅਦ ਵਿੱਚ ਕੀਰਤਨ ਦਿਖਾਇਆ ਜਾਣਾ, ਇਹਨਾਂ ਦਾ ਵੀ ਧੰਨਵਾਦ। ਤੇ ਜਿਹੜੇ ਸਾਡੇ ਵੀਰ ਸਾਰੇ ਪਹੁੰਚਦੇ ਨੇ, ਕਿਉਂਕਿ ਇਹ ਵੀ ਵੱਡਿਆ ਭਾਗਾਂ ਦੀ ਨਿਸ਼ਾਨੀ ਹੈ, ਕੋਈ ਨਾ ਕੋਈ ਬਹਾਨਾ ਬਣਦਾ, ਕਿਉਂਕਿ ਦਰਬਾਰ ਸਾਹਿਬ ਜਿਹੜੇ ਕੈਮਰਾਮੈਨ ਨੇ ਨਾ, ਉਹ ਕਈ ਕਈ ਸਾਲ ਹੋ ਗਏ ਤੇ ਕਈ ਤੇ ਕਲੀਨ ਸੇਵ ਸੀ, ਉਦੋਂ ਸਿਰ ਤੇ ਵਾਲ ਨਹੀਂ ਸੀ, ਪਰ ਹੁਣ ਉਹ ਸਾਬਤ ਸੂਰਤ ਨੇ, ਸਾਬਤ ਸੂਰਤ, ਤੁਸੀਂ ਪਛਾਣ ਨਹੀਂ ਸਕਦੇ ਉਹਨਾਂ ਨੂੰ ਵੀ ਉਹੀ ਮੁੰਡੇ ਨੇ। ਇਹ ਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਸੋ ਇਹ ਵੀਰ ਵੀ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਸਤਿਗੁਰੂ ਹੋਰ ਇਹਨਾਂ ਨੂੰ ਇਸੇ ਤਰ੍ਹਾਂ ਇਹ ਸੇਵਾ ਕਰਨ ਦਾ ਬਲ ਬਖਸ਼ਣ। ਇਹਨਾਂ ਚੈਨਲਾਂ ਦਾ ਵੀ ਧੰਨਵਾਦ। ਕੱਜ ਵੱਜ ਕੇ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।